ਕਮਰ ਸਿੰਘ ਸੰਧੂ ਇੱਕ ਐਮੀਨੈਂਟ ਜਰਨਲਿਸਟ ਆਫ ਦ ਸਟੇਟ 40-50 ਸਾਲ ਦਾ ਕਲਮ ਦਾ ਸੁਨਹਿਰੀ ਇੱਕ ਪਿਛੋਕੜ ਡੂ ਯੂ ਥਿੰਕ ਅ ਪਰਸਨ ਲਾਈਕ ਆਫ ਹਿਸ ਇੰਟੈਗ੍ਰਿਟੀ ਵਿਲ ਗੋ ਆਫਟਰ ਐਨੀ ਆਫਿਸ ਮੈਂ ਚਸ਼ਮਦੀਦ ਗਵਾਹ ਵਾਂ ਫੂਲਕਾ ਸਾਹਿਬ ਬਣੇ ਸੰਧੂ ਸਾਹਿਬ ਨੇ ਕੋਈ ਮੰਗ ਨਹੀਂ ਰੱਖੀ ਉਲਟਾ ਮੈਂ ਇਹਨਾਂ ਨੂੰ ਪ੍ਰਪੋਜ਼ ਕੀਤਾ ਜਦੋਂ ਮੈਨੂੰ ਬਣਾਇਆ ਜਾ ਰਿਹਾ ਸੀ ਮੈਂ ਸੰਧੂ ਸਾਹਿਬ ਨੂੰ ਆਪ ਕਿਹਾ ਕਿ ਸੰਧੂ ਸਾਹਿਬ ਆਰ ਯੂ ਇੰਟਰਸਟਿਡ ਇਫ ਯੂ ਆਰ ਇੰਟਰਸਟਿਡ ਬਿਕੋਜ਼ ਯੂ ਆਰ ਅ ਵੈਰੀ ਕੇਪੇਬਲ ਹਿਊਮਨ ਬੀਇੰਗ ਨੋਟ ਅ ਪੋਲੀਟੀਸ਼ਨ ਨੋਟ ਅ ਬਿਕੋਜ਼ ਹੀ ਇਜ਼ ਨੋਟ ਅ ਪੋਲੀਟੀਸ਼ਨ ਮਾਈਂਡ ਯੂ ਤੁਸੀਂ ਬਣਨਾ ਚਾਹੁੰਦੇ ਹੋ ਇਹਨਾਂ ਨੇ ਕਿਹਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਸਾਰੇ ਇੱਕ ਮੁੱਠ ਹੋ ਕੇ ਤੇਰੇ ਨਾਲ ਹਾਂ ਅਤੇ ਜਿਹੜੇ ਸਾਡੇ ਮੇਰੇ ਛੋਟੇ ਵੀਰ ਨੇ ਇਲਜ਼ਾਮ ਲਾਇਆ ਬਿਲਕੁਲ ਮਨ ਘੜਤ ਇੱਕ ਮਿੰਟ ਜੀ ਮਨ ਘੜਤ ਜੀ ਔਰ ਜਦੋਂ ਤੁਸੀਂ ਪੁੱਛਿਆ ਕਿ ਇਹ ਤੁਹਾਨੂੰ ਕਿਹਨੇ ਦੱਸਿਆ ਉਹਨਾਂ ਨੇ ਕਿਹਾ ਮੇਰੇ ਸਾਹਮਣੇ ਗੱਲ ਨਹੀਂ ਹੋਈ ਇਹ ਗੱਲ ਮਨੀਸ਼ ਸਿਸੋਡੀਆ ਦੇ ਸਾਹਮਣੇ ਸੋ ਇਟ ਇਜ਼ ਐਕਚੁਅਲੀ ਇਨਸਲਟ ਕੱਲੀ ਮੀਟਿੰਗ ਹੋਈ ਨਹੀਂ ਇਟ ਇਜ਼ ਇਨਸਲਟ ਟੂ ਦੀ ਇੱਕ ਮਿੰਟ ਇਟ ਇਨਸਲਟ ਟੂ ਏ ਪਰਸਨ ਵਿਦ ਦ ਸਟੇਟਸ ਆਫ ਕਮਰ ਸਿੰਘ ਸੰਧੂ ਆਈ ਥਿੰਕ ਦੇ ਸ਼ੁੱਡ ਅਪੋਲੋਜਾਈਜ਼ ਫੋਰ ਦੈਟ ਔਰ ਇਹ ਮੀਟਿੰਗ ਕਦੀ ਹੋਈ ਨਹੀਂ ਗੀ ਇਹ ਵੀ ਸੁਣ ਲਓ ਕੱਲੇ ਕਦੀ ਸਾਡੀ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਹੋਈ ਕੋਈ ਰਿਕਾਰਡ ਤੇ ਹੀ ਨਹੀਂ ਹੈ ਅਸੀਂ ਤਾਂ ਉਹਨਾਂ ਨੂੰ ਮਿਲੇ ਹੀ ਪਿਛਲੇ ਮਨੀਸ਼ ਸਿਸੋਡੀਆ ਨੂੰ ਇੱਕ ਵਾਰੀ ਯਾਦ ਆ ਹੁਣ ਮਿਲੇ MLA ਜਾ ਕੇ ਉਹਨਾਂ ਦੇ ਘਰੇ ਉਦੋਂ ਅਸੀਂ 10-11 MLA ਸੀਗੇ 13 MLA ਸੀਗੇ ਜਾਂ ਉਹ ਸਾਨੂੰ ਚੰਡੀਗੜ੍ਹ ਕਨਵੈਨਸ਼ਨ ਵਿੱਚ ਆਏ ਜਨਤਾ ਦੇ ਵਿੱਚ ਮਿਲੇ ਤੇ ਇੱਕ ਮੇਰੇ ਘਰੋਂ ਆਣ ਕੇ 5-6 ਬੰਦਿਆਂ ਦੀ ਹਾਜ਼ਰੀ ਭਾਈਜਾਨ ਅਸੀਂ ਨਾ ਸਾਰੀ ਉਹਨਾਂ ਦੀ ਜਿਹੜੀ ਬਾਅਦ ਵਿੱਚ ਰਾਤ ਨੂੰ ਅਸੀਂ ਦੇਖੀ ਉਹਨਾਂ ਦੀ ਪ੍ਰੈਸ ਕਾਨਫਰੰਸ ਪਹਿਲੀ ਗੱਲ ਤਾਂ ਨੋਟ ਕਰੋ ਕਿ ਭਗਵੰਤ ਮਾਨ ਮੇਰਾ ਛੋਟਾ ਵੀਰ ਹੈ ਸਾਡੇ ਸਾਰਿਆਂ ਦਾ ਆਦਰਨੀਏ ਲੀਡਰ ਹੈ ਪਰੰਤੂ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਤੁਸੀਂ ਆਪ ਪਲੀਜ਼ ਸੋਸ਼ਲ ਮੀਡੀਆ ਰਿਸਰਚ ਕਰੋ ਦੁਨੀਆ ਜਹਾਨ ਦੇ ਲੋਕਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਵਾ ਸਾਡੇ ਤੋਂ ਨਾ ਜਵਾਬ ਦਵਾਓ ਸਾਡੇ ਤੋਂ ਨਾ ਜਵਾਬ ਦਵਾਓ ਸਾਨੂੰ ਲੋੜ ਕੋਈ ਨਹੀਂ ਗੀ ਅਸੀਂ ਉਹਨਾਂ ਦਾ ਆਦਰ ਕਰਦੇ ਹਾਂ ਸਾਡੇ ਅੱਜ ਵੀ ਭਰਾ ਨੇ ਪਤਾ ਨਹੀਂ ਕੱਲ੍ਹ ਨੂੰ ਇਕੱਠੇ ਅਸੀਂ ਫਿਰ ਹੋ ਜਾਣਾ ਦੇਖੋ ਮੈਂ ਕਹਿਣਾ ਚਾਹੁੰਦਾ ਵਾਂ ਕਿ ਮੈਨੂੰ ਦੁੱਖ ਹੋਇਆ ਵੈਸੇ ਕਿ ਮੈਨੂੰ ਇਹ ਉਮੀਦ ਨਹੀਂ ਸੀਗੀ ਕਿ ਭਗਵੰਤ ਸਿੰਘ ਮਾਨ ਮੇਰੇ ਖਿਲਾਫ਼ ਇੱਦਾਂ ਦਾ ਬਿਆਨ ਦੇਣਗੇ ਦਿਖਾਇਓ ਇੱਕ ਮਿੰਟ ਜ਼ਰਾ ਇੱਕ ਆਹ ਇੱਕ ਮੈਂ ਪੋਸਟ ਡਿਸਪਲੇ ਕਰ ਰਿਹਾ ਟੈਲੀਵਿਜ਼ਨ ਦੇਖ ਲੈਣਾ ਇਹ 30 ਜੁਲਾਈ ਦੀ ਸਰਦਾਰ ਭਗਵੰਤ ਸਿੰਘ ਮਾਨ ਦੇ ਆਫਿਸ਼ੀਅਲ ਪੇਜ ਦੀ ਪੋਸਟ ਹੈ ਮੇਰੀ ਪੋਸਟ ਨਹੀਂ ਗੀ ਇਹ ਸਕਰੀਨਸ਼ਾਟ ਲੈ ਕੇ ਮੈਂ ਸੇਵ ਕਰ ਲਈ ਸੀਗੀ ਸੱਤ ਉਹਦੇ 'ਚ ਮੈਨੂੰ ਕਹਿੰਦੇ ਕਿ ਖਹਿਰਾ ਬਹੁਤ ਬੇਬਾਗ ਕੀ ਦੇਖਿਆ ਕਿ ਬਹੁਤ ਬੇਖੌਫ ਤੇ ਬੇਬਾਕ ਨੇਤਾ ਨੇ ਅੱਛੀ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਮੈਂ ਇੱਕ ਮਿੰਟ ਤਲੋਚਨ ਜੀ 7 ਦਿਨਾਂ ਦੇ ਵਿੱਚ ਮੈਂ ਕੀ ਗੁਨਾਹ ਕਰਤਾ ਜੀ ਔਰ ਜਿਹੜੀ ਗੱਲ ਰਹੇਗੀ ਮੌਕਾ ਪ੍ਰਸਤੀ ਦੀ ਦੇਖੋ ਮੇਰਾ ਪਿਛੋਕੜ ਅਕਾਲੀ ਆ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਵਾਜ਼ ਏ ਸਟੌਂਚ ਅਕਾਲੀ ਉਹ ਮੈਂ ਡਿਨਾਈ ਨਹੀਂ ਕਰਦਾ ਪਰ ਮੈਂ ਆਪਣਾ ਸਿਆਸੀ ਕੈਰੀਅਰ ਕਾਂਗਰਸ ਵਿੱਚ 1997 'ਚ ਸ਼ੁਰੂ ਕੀਤਾ ਲਗਭਗ 2 ਦਹਾਕਿਆਂ ਦੀ ਜੋ ਵੀ ਕਾਰਗੁਜ਼ਾਰੀ ਸੇਵਾ ਤੋਂ ਬਾਅਦ ਸਾਰੀ ਦੁਨੀਆ ਜਹਾਨ ਦੇ ਪੰਜਾਬੀਆਂ ਦੇ ਕਹਿਣ 'ਤੇ ਮੈਂ ਆਮ ਆਦਮੀ ਪਾਰਟੀ ਵਿੱਚ ਕੱਲ੍ਹ ਇੱਥੇ ਡੇਟ ਵੀ ਗਲਤ ਕਹਿ ਰਹੇ ਸੀ ਆਏ ਜੁਆਇੰਟ ਆਮ ਆਦਮੀ ਪਾਰਟੀ ਔਨ ਦੀ ਆਸਕਿੰਗ ਆਫ ਦ ਪੀਪਲ ਔਨ 25th December 2015 ਮੇਰੀ ਜ਼ਿੰਦਗੀ ਵਿੱਚ ਪਹਿਲੀ ਸ਼ਿਫਟ ਹੈ ਜ਼ਿੰਦਗੀ 'ਚ ਪਹਿਲੀ ਸ਼ਿਫਟ ਮੇਰਾ ਛੋਟਾ ਵੀਰ ਇਹ ਦੱਸ ਦੇਵੇ ਕਿ ਇਹਨਾਂ ਨੇ ਮੇਰੇ ਖਿਆਲ 2012 'ਚ ਲਹਿਰੇ ਗਾਗੇ ਤੋਂ ਇਲੈਕਸ਼ਨ ਲੜੀ ਸੀਗੀ ਤੀਸਰੇ ਨੰਬਰ 'ਤੇ ਆਏ ਸੀਗੇ ਅਤੇ 2012 ਤੋਂ ਲੈ ਕੇ 18 'ਚ 6 ਸਾਲ ਨੇ ਪਹਿਲਾਂ ਲੋਕ ਭਲਾਈ ਪਾਰਟੀ ਰਾਮੋਵਾਲੀਆ ਸਾਹਿਬ ਦੀ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦੀ PPP ਅਤੇ ਫਿਰ 2014 ਮਈ ਮਤਲਬ ਮੇਰੇ ਕੋਲੋਂ ਮੇਰੇ ਤੋਂ ਪਹਿਲਾਂ ਕੋਈ 1.5 ਸਾਲ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤੇ ਜੁਆਇਨਿੰਗ ਦਾ 3rd ਆਊਟਫਿਟ ਇਸ ਲਈ ਜਿਹੜਾ ਮੇਰੇ 'ਤੇ ਇਲਜ਼ਾਮ ਲਾਉਂਦੇ ਨੇ ਕਿ ਮੈਂ ਮੌਕਾ ਪ੍ਰਸਤੀ ਆ ਉਹਨਾਂ ਅਗਰ ਲਾਤਾ ਉਹ ਇਲਜ਼ਾਮ ਉਹਨਾਂ ਨੂੰ ਮੁਬਾਰਕ ਆ ਲੋਕ ਜੱਜ ਕਰ ਰਹੇ ਨੇ ਮੇਰੇ ਕਹਿਣ ਦਾ ਕੀ ਫਰਕ ਪੈਣਾ ਕਿ ਮੈਂ ਆਹ ਕਰਤਾ ਉਹ ਕਰਤਾ ਅਸੀਂ ਕਰਤਾ ਉਹ ਕਰਤਾ ਅਲਟੀਮੇਟਲੀ ਮੈਂ ਦੁਬਾਰਾ ਕਹਿ ਰਿਹਾ ਕਿ ਲੋਕਤੰਤਰ ਵਿੱਚ ਮਾਲਕ ਲੋਕ ਨੇ LOP ਇੱਕ ਮਿੰਟ ਜੀ LOP ਦਾ ਰੌਲਾ ਕਿਉਂ ਉੱਠਿਆ ਕਿਉਂਕਿ ਉਹਨਾਂ ਨੇ ਅਨਡੈਮੋਕ੍ਰੈਟਿਕ ਤਰੀਕੇ ਨਾਲ ਸਾਨੂੰ ਰਿਮੂਵ ਕੀਤਾ ਔਨ ਦ ਟਵੀਟ ਥਰੂ ਵਟਸਐਪ ਗਵਰਨਰ ਕੋ ਚਿੱਠੀ ਪਹਿਲਾਂ MLA ਨਾਲ ਰਾਏ ਇਸ MLA ਮਾਸਟਰ ਬਲਦੇਵ ਸਿੰਘ ਨਾਲ ਰਾਏ ਵੀ ਨਹੀਂ ਔਰ ਮੈਨੂੰ ਟੈਲੀਫੋਨ ਵੀ ਨਹੀਂ
ਤੁਸੀਂ ਦੱਸੋ ਮੈਨੂੰ, ਤੁਸੀਂ ਸਾਰੇ ਬਹੁਤ ਸੁਲਝੇ ਹੋਏ ਮੀਡੀਆ ਪਰਸਨਸ ਬੈਠੇ ਹੋ, ਡੂ ਯੂ ਅਗਰੀ ਵਿਦ ਦਿਸ ਦ ਵੇ ਦੇ ਰਿਮੂਵ ਡੀ ਐਲ ਓ ਪੀ? ਐਲ ਓ ਪੀ ਇਜ਼ ਨੋਟ ਖਹਿਰਾ, ਐਲ ਓ ਪੀ ਇਜ਼ ਲੀਡਰ ਆਫ ਆਪੋਜੀਸ਼ਨ ਪੰਜਾਬ। ਉਸ ਅਹੁਦੇ ਦੀ ਸੈਂਕਟਿਟੀ, ਉਸ ਅਹੁਦੇ ਦਾ ਇੱਕ ਮਾਣ ਸਤਿਕਾਰ, ਇਹਦਾ ਮਤਲਬ ਕੱਲ੍ਹ ਨੂੰ ਅਸੀਂ ਜਿਹਨੂੰ ਚਾਹਾਂਗੇ ਛਿੱਕੇ 'ਤੇ ਡੰਗ ਦਿਆ ਕਰਾਂਗੇ? ਇਹਦਾ ਮਤਲਬ ਫਿਰ ਜਿਹੜਾ ਦਰਜਾ 4 ਮੁਲਾਜ਼ਮ ਨੂੰ ਕੱਢਣ ਲੱਗੇ ਸ਼ੋ ਕੌਜ਼ ਨੋਟਿਸ ਦਿੰਦੀ ਗਵਰਨਮੈਂਟ ਨਾ ਦਿਆ ਕਰੇ? ਕਿਸੇ ਆਈ ਪੀ ਐਸ ਆਈ ਐਸ ਅਫਸਰ ਨੂੰ ਕੱਢਣਾ ਵਿਦਾਊਟ ਨੋਟਿਸ ਕੱਢ ਦਿਆ ਕਰਨਗੇ? ਉਸ ਅਨਡੈਮੋਕਰੇਟਿਕ ਫੈਸਲੇ ਨੇ ਇਹ ਵਿਵਾਦ ਖੜਾ ਕੀਤਾ, ਇੱਕ ਪੋਲੀਟੀਕਲ ਡਿਸਕੋਰਸ ਬਣਿਆ ਉਸ ਗੱਲ ਦੇ ਉੱਤੇ। ਸਟਾਰਟ ਯੋਰ ਕਰੀਅਰ ਵਿਦ ਅਸ। ਅਗਰ ਆਪ ਵੀ ਬਣਨਾ ਚਾਹਤੇ ਹੈਂ ਐਂਕਰ ਔਰ ਰਿਪੋਰਟਰ, ਵੀਡੀਓ ਐਡੀਟਰ, ਕੈਮਰਾਮੈਨ ਜਾਂ ਸਕ੍ਰਿਪਟ ਰਾਈਟਰ, ਤੋ ਹਮੇਂ ਸੰਪਰਕ ਕਰੇ।